ਸਾਰਿਆਂ ਨੂੰ ਮੈਂ ਤੁਹਾਡਾ ਕਰਨ ਸੈਣੀ ਵੈਲਕਮ ਆ ਤੁਹਾਡਾ ਮੇਰੇ ਚੈਨਲ 'ਚ ਅਤੇ ਅੱਜ ਅਸੀਂ ਚੱਲੇ ਹਾਂ ਇੰਟਰਨੈਸ਼ਨਲ ਟ੍ਰਿਪ 'ਤੇ ਦੁਬਈ ਅੰਮ੍ਰਿਤਸਰ ਤੋਂ ਦੁਬਈ ਅਤੇ ਬਲੌਗ ਆਉਗੇ ਹੋਰ ਅਤੇ ਚੈਨਲ ਕਾਲੀ ਸਬਸਕ੍ਰਾਈਬ ਅਤੇ ਹੁਣ ਚੱਲਦੇ ਹਾਂ ਚੈੱਕ ਇਨ ਕਰਦੇ ਹਾਂ ਫਲਾਈਟ ਹੈਗੀ ਆਪਣੀ 4:30 ਦੀ ਅਤੇ ਹੁਣ 1:30 ਵੱਜ ਗਿਆ ਚੈੱਕ ਇਨ ਕਰੀਏ ਅਤੇ ਅੰਦਰ ਦੇਖਦੇ ਹਾਂ ਕੀ ਹਿਸਾਬ ਆ ਅਤੇ ਬਣੇ ਰਹੋ ਹੋਰ ਬਲੌਗ ਦੇਖਣ ਵਾਸਤੇ ਚੈਨਲ ਕਾਲੀ ਸਬਸਕ੍ਰਾਈਬ ਅਤੇ ਦੁਬਈ ਦੇ ਬਲੌਗ ਆਪਾਂ ਤੁਹਾਨੂੰ ਫੁੱਲ ਦਿਖਾਵਾਂਗੇ ਅਤੇ ਬਣੇ ਰਹੋ ਐਂਟਰੀ ਹੋ ਗਈ ਹੈ ਜੀ ਆਪਣੀ ਅਤੇ ਹੁਣ ਬੈਗ ਚੈੱਕ ਹੋਣੇ ਆ ਅੰਦਰ ਆ ਗਏ ਹਾਂ ਅਤੇ ਅੰਦਰ ਇੱਦਾਂ ਦਾ ਕੁਛ ਅੰਮ੍ਰਿਤਸਰ ਏਅਰਪੋਰਟ ਏਅਰ ਇੰਡੀਆ ਐਕਸਪ੍ਰੈਸ ਜਿਹੜੀ ਆਪਣੀ ਫਲਾਈਟ ਆ ਉਹਦਾ ਕਾਊਂਟਰ ਆ ਅਤੇ ਇੱਥੇ ਆਪਾਂ ਜਾਵਾਂਗੇ ਹੁਣ ਆਪਣਾ ਬੈਗ ਚੈੱਕ ਕਰਾਵਾਂਗੇ ਜਿਹੜਾ ਚੈੱਕ ਹੁੰਦਾ ਇੱਥੇ ਦਾ ਰੂਲ ਆ ਅਤੇ ਆਪਣਾ ਪਾਸਪੋਰਟ ਟਿਕਟ ਅਤੇ ਚੈੱਕ ਕਰਦੇ ਹਾਂ ਵੀ ਬੈਗ ਆਪਣਾ ਓਕੇ ਰਿਪੋਰਟ ਆ ਸਹੀ ਆ ਆਪਣੇ ਕਾਊਂਟਰ ਚੱਲੀਏ ਏਅਰ ਇੰਡੀਆ ਐਕਸਪ੍ਰੈਸ 'ਤੇ ਅਤੇ ਆਹ ਆਪਣੇ ਕਾਊਂਟਰ ਆ ਅਤੇ ਆਹ ਵੱਖਰੀ ਵੱਖਰੀ ਏਅਰਲਾਈਨ ਦੇ ਇੱਧਰ ਬਰਮਿੰਘਮ ਦੀ ਫਲਾਈਟ ਦੇ ਆ ਅਤੇ ਉੱਧਰ ਇੰਡੀਗੋ ਦੇ ਵਿਸਤਾਰਾ ਦੇ ਜਿਨ੍ਹਾਂ ਦੀ ਫਲਾਈਟ ਆ ਅਤੇ ਉਹ ਉਹਦੇ ਅਕੋਰਡਿੰਗ ਚੱਲ ਜਾਂਦੇ ਆ ਅਤੇ ਆਪਣੀ ਤਾਂ ਹੈਗੀ ਆ ਏਅਰ ਇੰਡੀਆ ਐਕਸਪ੍ਰੈਸ ਦੁਬਈ ਦੀ ਚੱਲਦੇ ਆ ਅੰਦਰ ਅਤੇ ਆਲਮੋਸਟ ਹੁਣ ਕੰਮ ਹੋਣ ਲੱਗਾ ਬਸ ਲਾਸਟ ਹੀ ਆ ਬਣੇ ਰਹੋ ਲਓ ਜੀ ਡਨ ਹੋ ਗਿਆ ਜੀ ਸਾਰਾ ਕੁਛ ਅਤੇ ਬੋਰਡਿੰਗ ਪਾਸ ਮਿਲ ਗਿਆ ਆਪਾਂ ਨੂੰ ਆਪਣਾ ਅਤੇ ਆਪਣਾ ਹੈਂਡ ਬੈਗ ਅਤੇ ਬਸ ਹੁਣ ਵੇਟ ਹੀ ਕਰਦੇ ਪਏ ਹਾਂ ਵੇਟਿੰਗ 'ਚ ਬੈਠੇ ਪਏ ਹਾਂ ਅਤੇ ਬੋਰਡਿੰਗ ਪਾਸ ਸਾਨੂੰ ਮਿਲ ਗਿਆ ਅਤੇ ਬਸ ਅਰਾਊਂਡ 2.5 ਘੰਟੇ ਵੇਟ ਹੀ ਕਰਨੀ ਪਹਿਲਾਂ ਹੀ ਆ ਗਏ ਹਾਂ ਅਤੇ ਬਸ ਘੁੰਮਦੇ ਫਿਰਦੇ ਹਾਂ ਦੁਕਾਨਾਂ ਦੇਖਦੇ ਹਾਂ ਕਾਹਦੀਆਂ ਇੱਧਰ ਅਤੇ 6 ਨੰਬਰ ਆਪਣਾ ਗੇਟ ਆ ਅਤੇ ਉੱਪਰ ਹੋਣਾ ਮੇਰੇ ਹਿਸਾਬ ਨਾਲ ਅਤੇ ਤੁਸੀਂ ਬਣੇ ਰਹੋ ਬਲੌਗ 'ਚ ਅਤੇ ਉੱਪਰ ਚੱਲੇ ਹਾਂ ਜੀ ਮਨੀ ਐਕਸਚੇਂਜ ਕਰਾਉਣੀ ਆ ਅਤੇ ਕਹਿੰਦੇ ਉੱਪਰ ਚੱਲ ਜਾਓ ਅਤੇ ਆਪਣਾ ਜਿਹੜਾ ਗੇਟ ਨੰਬਰ ਵੀ ਉੱਪਰ ਹੀ ਆ ਅਤੇ ਉੱਪਰ ਆ ਗਏ ਹੁਣ ਮਨੀ ਐਕਸਚੇਂਜ ਕਰਾਉਂਦੇ ਹਾਂ ਦਰਾਮ ਲੈ ਲਈਏ ਦੁਬਈ ਦੇ ਅਤੇ ਦੁਬਈ ਵੀ ਘੁੰਮਣਾ ਆ ਅਤੇ ਨਾਲੇ ਤੰਦ ਪਾਉਂਦੇ ਹਾਂ ਕਿੱਦਾਂ ਦੀ ਹੁੰਦੀ ਸ਼ੋਪ ਮਨੀ ਸ਼ੋਪ ਕਹਿੰਦੇ ਉੱਪਰ ਹੀ ਆ ਅਤੇ ਜਾਂਦੇ ਬਸ ਉੱਪਰ ਪਹੁੰਚ ਗਏ ਹਾਂ ਅਤੇ ਉੱਪਰ ਇੱਦਾਂ ਦਾ ਕੁਛ ਹੁਣ ਇੱਥੇ ਪੜ੍ਹਦੇ ਹਾਂ ਜਿੱਥੇ ਲਿਖਿਆ ਹੋਊਗਾ ਮਨੀ ਐਕਸਚੇਂਜ ਅਤੇ ਉੱਥੇ ਜਾਂਦੇ ਹਾਂ ਅਤੇ ਤੁਸੀਂ ਬਣੇ ਰਹੋ ਵਲੋਗ 'ਚ ਲਾਈਕ ਕਮੈਂਟ ਕਰ ਦਿਓ ਅਤੇ ਚੈਨਲ ਕਰ ਲਿਓ ਸਬਸਕ੍ਰਾਈਬ ਹੋਰ ਵਲੋਗ ਦੇਖਣ ਵਾਸਤੇ ਅਤੇ ਆਪਣਾ ਹੈਂਡਬੈਗ ਆਪਣੇ ਨਾਲ ਹੀ ਆ ਸਾਥੀ ਉਹ ਸਾਹਮਣੇ ਮਨੀ ਐਕਸਚੇਂਜ ਦੀ ਲਿਖਿਆ ਮਨੀ ਐਕਸਚੇਂਜ ਅਤੇ ਕਰਾਉਂਦੇ ਐਕਸਚੇਂਜ ਜੀ ਮਨੀ ਐਕਸਚੇਂਜ ਦੀ ਛੋਟੀ ਜਿਹੀ ਆ ਅਤੇ ਫੋਟੋਆਂ ਲਾਈਆਂ ਇੱਧਰ ਕਰਾਉਂਦੇ ਐਕਸਚੇਂਜ ਇੰਡੀਅਨ ਰੁਪਏ ਨੂੰ ਦਰਾਮ 'ਚ ਲਓ ਜੀ ਦਰਾਮ ਮਿਲ ਗਿਆ ਸਾਨੂੰ ਕਰਾ ਲਏ ਆਪਾਂ ਐਕਸਚੇਂਜ ਇੰਡੀਅਨ ਰੁਪਏ ਨੂੰ ਦਰਾਮ ਵਿੱਚ ਅਤੇ ਆਪਾਂ ਕਿਰਾਇਆ ਇੰਡੀਅਨ ਦੇ 4000 ਰੁਪਇਆ ਕਿਰਾਇਆ ਆ ਦਰਾਮ ਵਿੱਚ ਅਤੇ ਉੱਧਰਲੇ ਬਣੇ 140 ਰੁਪਏ ਜਾਂ ਦੇਖ ਹੀ ਸਕਦੇ ਤੁਸੀਂ ਅਤੇ ਬਸ ਹੁਣ ਵੇਟਿੰਗ ਕਰਦੇ ਪਏ ਹਾਂ 2 ਘੰਟੇ ਪਏ ਆ ਫਲਾਈਟ ਨੂੰ ਅਤੇ ਉਹਨਾਂ ਟਾਈਮ ਆਪਾਂ ਵਲੋਗ ਐਡਿਟ ਕਰ ਲੈਣਾ ਹੁਣ ਅਤੇ ਦੱਸਿਓ ਕਿੱਦਾਂ ਦਾ ਲੱਗਾ ਅਤੇ ਆਪਣਾ ਸਾਥੀ ਅਤੇ ਖਾਂਦੇ ਪੀਂਦੇ ਵੀ ਹਾਂ 2 ਘੰਟੇ ਭੁੱਖ ਲੱਗ ਜਾਣੀ ਬਹਿ ਕੇ ਅਤੇ ਪਿੱਛੇ ਦੁਕਾਨਾਂ ਮੇਰੇ ਅਤੇ ਇੱਥੇ ਖਾਵਾਂਗੇ ਅਤੇ ਆਪਾਂ ਵਲੋਗ ਐਡਿਟ ਕਰੀਏ ਨਾਲ ਨਾਲ ਅਤੇ 4:30 ਬਸ ਦੁਬਈ ਅਤੇ ਲੱਗਾ ਲੈਂਡ ਹੋਣ ਇੰਸਟਰਕਸ਼ਨ ਦੱਸਣ ਲੱਗ ਪਏ ਅਤੇ ਆਪਣੇ ਨਾਲ ਫਰੈਂਡਸ ਜਿਹੜੇ ਬੈਠੇ ਆਪਣੀ ਸੀਟ 'ਤੇ ਬਹੁਤ ਚੰਗੇ ਬਹੁਤ ਗੱਲਾਂ ਬਾਤਾਂ ਕੀਤੀਆਂ ਅਤੇ ਚੈਨਲ ਸਬਸਕ੍ਰਾਈਬ ਕਰੋ ਕਹਿ ਦਿਓ ਹਾਂ ਅਤੇ ਚੈਨਲ ਸਬਸਕ੍ਰਾਈਬ ਕਰੋ ਸਾਰੇ ਜਣੇ ਹਾਂ ਅਤੇ ਬਹੁਤ ਵਧੀਆ ਲੱਗਾ ਇਹਨਾਂ ਨਾਲ ਮਿਲ ਕੇ ਸਾਨੂੰ ਅਤੇ ਹੁਣ ਆਪਾਂ ਵੱਖਰੇ ਵੱਖਰੇ ਹੋਏ ਇਹਨਾਂ 'ਤੇ ਬਹੁਤ ਮਿਸ ਕਰਾਂਗੇ ਜਿਹੜੀਆਂ ਗੱਲਾਂ ਕੀਤੀਆਂ ਅਤੇ ਚਲੋ ਬਾਅਦ ਪਹੁੰਚ ਗਏ ਜੀ ਦੁਬਈ ਦੁਬਈ ਕਹਿੰਦੇ ਆ ਗਏ ਮੁੰਡੇ ਹੁਣ ਪਾਊਗੇ ਤੱਕ ਚੈਨਲ ਕਾਲੇ ਸਬਸਕ੍ਰਾਈਬ ਅਤੇ ਬੈਗ ਲਈਏ ਆਪਣਾ ਅਤੇ ਨਿਕਲੀਏ ਬਾਹਰ ਆਪਣੇ ਏਅਰ ਇੰਡੀਆ ਦਾ ਹੀ ਆਏ ਏਅਰ ਇੰਡੀਆ ਕਰੋ ਚੈੱਕ ਲਓ ਜੀ ਬਾਹਰ ਆ ਗਏ ਆਪਣਾ ਸਾਰਾ ਕੰਮ ਡਨ ਹੋ ਗਿਆ ਅਤੇ ਤੁਸੀਂ
देखो की माहौल आ दुबई का एयरपोर्ट के बाहर चैक करो तो अपना एक्सपीरियंस भी वधिया रहा पर सानू रोक लिया इन्होंने इमीग्रेशन वाले ने कहते साइड पर आ जाओ तो सारा बैग बूग खिलाए पे उन्होंने तो कपड़े उपड़े बाहर कढ़ के सुटते तो शक से शायद उन्होंने पर नहीं कुछ निकलिया सही निकले आप क्या लीगल कितों आ गए आप घूम आए हैं तो करो चैक दोनों बैग खिला लिया उन्होंने तो आ करो तो हूँ बस आप चलीए अपने जिते जाना आ ब्लॉग में करते हैं एंड तो मिलते थानू हूँ नैक्सट ब्लॉगों मिलते हैं दुबई के चैनल का सबसक्राइब बाय बाय।